ਡਾਕਟਰ ਸਰੂਪ ਸਿੰਘ ਮਰਵਾ ਦੀ ਪੁਸਤਕ ਮਾਨਸਿਕ ਅਤੇ ਸਰੀਰਕ ਖਿੱਚਾਉ ਦਾ ਵਿਸ਼ਾ ਯਾਦ ਰੱਖਣ ਯੋਗ ਗੱਲਾਂ। ਨਿਸਲਤਾ ਦਾ ਅਭਿਆਸ ਕਰਨ ਵਾਲੇ ਮਨੁੱਖ ਉੱਤੇ ਡਰ, ਗਮ, ਫਿਕਰ, ਭਾਵ, ਭੈੜੀਆਂ ਤਰੰਗਾਂ, ਅਨਹੈਲਦੀ ਇਮੋਸ਼ਨਸ ਦਾ ਬਹੁਤ ਘੱਟ ਅਸਰ ਹੁੰਦਾ ਹੈ। ਜਿਵੇਂ ਕਿ ਡਾਕਟਰ ਵਿਲਫਰਿਡ ਨਾਰਥਫੀਲਡ ਨੇ ਕਿਹਾ ਕਿ ਤੁਸੀਂ ਕਿਸੇ ਭੈੜੀ ਜਾਂ ਨਾ ਖੁਸ਼ਗਵਾਰ ਤਰੰਗ ਨੂੰ ਅਨੁਭਵ ਨਹੀਂ ਕਰਦੇ ਜਦੋਂ ਤੁਸੀਂ ਮੁਕੰਮਲ ਤੌਰ 'ਤੇ ਰਿਲੈਕਸ ਹੁੰਦੇ ਹੋ। ਯੂ ਡੂ ਨਾਟ ਫੀਲ ਦਾ ਇਫੈਕਟ ਆਫ ਐਨ ਇਮੋਸ਼ਨ ਵੈਨ ਯੂ ਆਰ ਰਿਲੈਕਸਡ। ਡਾਕਟਰ ਨਾਰਥਫੀਲਡ ਦੇ ਇਹਨਾਂ ਸ਼ਬਦਾਂ ਨੂੰ ਅਸੀਂ ਇੱਕ ਵਾਰ ਮੁੜ ਦੁਹਰਾਉਂਦੇ ਹਾਂ ਤਾਂ ਕਿ ਇਹ ਤੁਹਾਨੂੰ ਸਦਾ ਯਾਦ ਰਹਿਣ। ਤੁਸੀਂ ਕਿਸੇ ਭੈੜੀ ਜਾਂ ਨਾ ਖੁਸ਼ਗਵਾਰ ਤਰੰਗ ਦੇ ਅਸਰ ਨੂੰ ਅਨੁਭਵ ਨਹੀਂ ਕਰਦੇ ਜਦੋਂ ਤੁਸੀਂ ਮੁਕੰਮਲ ਤੌਰ 'ਤੇ ਨਿਸਲ ਹੁੰਦੇ ਹੋ। ਕੀ ਅਜੇ ਵੀ ਤੁਹਾਨੂੰ ਨਿਸ਼ਚਾ ਹੋਇਆ ਕਿ ਨਹੀਂ ਕਿ ਨਿਸਲਤਾ ਕੇਵਲ ਸਰੀਰਕ ਖਿਚਾਓ ਹੀ ਨਹੀਂ ਦੂਰ ਕਰਦੀ ਬਲਕਿ ਮਾਨਸਿਕ ਖਿਚਾਓ ਵੀ ਦੂਰ ਕਰਦੀ ਹੈ ਅਤੇ ਮਨ ਨੂੰ ਸ਼ਾਂਤੀ ਪਹੁੰਚਾਉਂਦੀ ਹੈ? ਜੇ ਅਜੇ ਵੀ ਤੁਹਾਨੂੰ ਸਾਡੀ ਇਸ ਗੱਲ 'ਤੇ ਯਕੀਨ ਨਹੀਂ ਆਉਂਦਾ ਤਾਂ ਫਿਰ ਤੁਸੀਂ ਇੰਗਲੈਂਡ ਦੇ ਮਸ਼ਹੂਰ ਫਿਜ਼ੀਸ਼ੀਅਨ ਡਾਕਟਰ ਵਿਲਫਰੈਡ ਨਾਰਥਫੀਲਡ ਦੇ ਨਿੱਜੀ ਕੇਸ ਵੱਲ ਧਿਆਨ ਦਿਓ। ਡਾਕਟਰ ਨਾਰਥਫੀਲਡ ਲਿਖਦੇ ਹਨ, ਮੈਂ ਕਈ ਸਾਲ ਮਾਨਸਿਕ ਅਤੇ ਸਰੀਰਕ ਖਿਚਾਉ ਦਾ ਸ਼ਿਕਾਰ ਰਿਹਾ ਹਾਂ। ਇਸ ਦੌਰਾਨ ਮੈਂ ਦਿਮਾਗੀ ਆਰਾਮ ਅਤੇ ਮਾਨਸਿਕ ਸ਼ਾਂਤੀ ਕਦੇ ਅਨੁਭਵ ਨਹੀਂ ਸੀ ਕੀਤੀ। ਸਾਰੀਆਂ ਚੀਜ਼ਾਂ ਕੋਲ ਹੋਣ ਦੇ ਬਾਵਜੂਦ ਮੈਨੂੰ ਕਦੇ ਜੀਵਨ ਦਾ ਸਵਾਦ ਨਹੀਂ ਸੀ ਆਉਂਦਾ। ਰੱਬ ਦਾ ਦਿੱਤਾ ਸਭ ਕੁਝ ਸੀ, ਕਿਸੇ ਚੀਜ਼ ਦਾ ਘਾਟਾ ਨਹੀਂ ਸੀ। ਇਹਦੇ ਬਾਵਜੂਦ ਮੈਂ ਹਰ ਗੱਲ ਦੀ ਚਿੰਤਾ ਕਰਦਾ ਸੀ। ਤਾਕਤ ਲਈ ਮੈਂ ਪੇਟੈਂਟ ਦਵਾਈਆਂ ਅਤੇ ਟੋਨਿਕ ਖਾਂਦਾ ਹੀ ਰਹਿੰਦਾ ਸੀ। ਮਨ ਨੂੰ ਟਿਕਾਓ 'ਚ ਲਿਆਉਣ ਲਈ ਨਸ਼ੇ ਦੀਆਂ ਗੋਲੀਆਂ ਖਾਇਆ ਕਰਦਾ ਸੀ। ਇਹਦੇ ਬਾਵਜੂਦ ਨਾ ਤਾਂ ਮੇਰੇ ਸਰੀਰ 'ਚ ਤਾਕਤ ਆਉਂਦੀ ਸੀ ਅਤੇ ਨਾ ਹੀ ਮੇਰੇ ਮਨ ਨੂੰ ਚੈਨ ਅਤੇ ਸ਼ਾਂਤੀ ਮਿਲਦੀ ਸੀ। ਹੁਣ ਜਦਕਿ ਮੈਂ ਮਾਨਸਿਕ ਖਿਚਾਓ ਦੀ ਬਿਮਾਰੀ ਤੋਂ ਛੁਟਕਾਰਾ ਪਾ ਚੁੱਕਾ ਤਾਂ ਮੈਂ ਬੜੇ ਭਰੋਸੇ ਨਾਲ ਉਹਨਾਂ ਲੋਕਾਂ ਨੂੰ ਜਿਹੜੇ ਕਿ ਇਸ ਵੇਲੇ ਮਾਨਸਿਕ ਖਿਚਾਓ ਦਾ ਸ਼ਿਕਾਰ ਹਨ ਕਹਿਣਾ ਚਾਹੁੰਦਾ ਕਿ ਹੌਸਲਾ ਨਾ ਛੱਡਣ ਅਤੇ ਨਾ ਉਮੀਦ ਨਾ ਹੋਣ। ਤੁਸੀਂ ਵੀ ਖਿਚਾਓ ਤੋਂ ਯਕੀਨਨ ਛੁਟਕਾਰਾ ਪਾ ਸਕਦੇ ਹੋ ਜਿਵੇਂ ਕਿ ਮੈਂ ਪਾਇਆ। ਦੁਨੀਆ ਦੀ ਕੋਈ ਤਾਕਤ ਬਿਨਾਂ ਤੁਹਾਡੇ ਆਪਣੇ ਮਨ ਦੀ ਤਾਕਤ ਦੇ ਤੁਹਾਨੂੰ ਇਹ ਤੋਂ ਆਜ਼ਾਦ ਹੋਣ 'ਚ ਰੋਕ ਨਹੀਂ ਸਕਦੀ। ਪਰ ਇਹਦਾ ਰਾਹ ਕੇਵਲ ਇੱਕੋ ਹੀ ਹੈ, ਉਹ ਹੈ ਨਿਸਲਤਾ, ਰਿਲੈਕਸੇਸ਼ਨ। ਡਾਕਟਰ ਨਾਰਥਫੀਲਡ ਦਾ ਕੇਸ ਦੱਸਣ ਤੋਂ ਸਾਡਾ ਭਾਵ ਇਹ ਹੈ ਕਿ ਜਿਹੜੇ ਬਿਮਾਰੀ ਸਮਝਦੇ ਆ ਕਿ ਉਹ ਮਾਨਸਿਕ ਅਤੇ ਸਰੀਰਕ ਖਿਚਾਓ ਤੋਂ ਛੁਟਕਾਰਾ ਨਹੀਂ ਪਾ ਸਕਦੇ, ਉਹ ਨਾ ਉਮੀਦ ਨਾ ਹੋਣ ਬਲਕਿ ਇਸ ਤੋਂ ਉਤਸ਼ਾਹ ਹਾਸਲ ਕਰਨ ਅਤੇ ਕੁਝ ਸਮੇਂ ਲਈ ਲਗਾਤਾਰ ਦਿਲ ਲਾ ਕੇ ਵਿਸ਼ਵਾਸ ਨਾਲ ਰਿਲੈਕਸੇਸ਼ਨ ਦਾ ਅਭਿਆਸ ਕਰਨ। ਅਸੀਂ ਨਿਰਸੰਦੇਹ ਯਕੀਨ ਦਵਾਉਂਦੇ ਹਾਂ ਕਿ ਇੰਝ ਕਰਨ ਨਾਲ ਉਹ ਖਿਚਾਓ ਵਰਗੀ ਅਤਿ ਦੁਖਦਾਇਕ ਬਿਮਾਰੀ ਤੋਂ ਛੁਟਕਾਰਾ ਪਾਉਣ 'ਚ ਜ਼ਰੂਰ ਸਫਲ ਹੋ ਜਾਣਗੇ। ਸਰੀਰ ਦੇ ਪੱਠਿਆਂ ਨੂੰ ਢਿੱਲਾ ਛੱਡਣਾ ਹੀ ਕੇਵਲ ਰਿਲੈਕਸੇਸ਼ਨ ਹੈ। ਨਿਸਲਤਾ ਬਾਰੇ ਵੱਖ ਵੱਖ ਲੋਕਾਂ ਦੇ ਵੱਖ ਵੱਖ ਵਿਚਾਰ। ਕੁਝ ਸਮਾਂ ਹੋਇਆ ਅਸੀਂ ਨਿਸਲਤਾ ਉੱਤੇ ਕਿਸੇ ਰਸਾਲੇ 'ਚ ਇੱਕ ਲੇਖ ਪੜ੍ਹਿਆ। ਉਸ 'ਚ ਲਿਖਾਰੀ ਨੇ ਨਿਸਲਤਾ ਦੇ ਤਰੀਕੇ ਦੱਸੇ, ਸਿਨੇਮੇ ਜਾਣਾ, ਨਾਚ ਵੇਖਣੇ, ਥੀਏਟਰ 'ਚ ਜਾਣਾ, ਮੈਚ ਅਤੇ ਖੇਡਾਂ ਵੇਖਣੀਆਂ, ਮੱਛੀਆਂ ਪਕੜਨਾ, ਸ਼ਿਕਾਰ ਖੇਡਣਾ, ਤਾਸ਼ ਅਤੇ ਸ਼ਤਰੰਜ ਖੇਡਣਾ, ਪਿਕਨਿਕ 'ਤੇ ਜਾਣਾ, ਰੇਡੀਓ ਸੁਣਨਾ, ਤਸਵੀਰਾਂ ਬਣਾਉਣਾ, ਪਾਲਤੂ ਜਾਨਵਰਾਂ ਨਾਲ ਖੇਡਣਾ, ਕਲੱਬ ਜਾਣਾ, ਗੱਪਾਂ ਮਾਰਨੀਆਂ ਆਦਿ। ਪਰ ਸਾਡੇ ਆਪਣੇ ਵਿਚਾਰ ਵਿੱਚ ਨਿਸਲਤਾ ਦੇ ਉੱਪਰ ਦੱਸੇ ਰਾਹ ਸਾਰੇ ਦੇ ਸਾਰੇ ਗਲਤ ਹਨ। ਇਹਨਾਂ ਨਾਲ ਅਸੀਂ ਉੱਕਾ ਹੀ ਸਹਿਮਤ ਨਹੀਂ। ਦਰਅਸਲ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਨਿਸਲਤਾ ਦੇ
ਅਸਲ ਮਾਇਨੇ ਕੀ ਹਨ। ਇਸ ਬਾਰੇ ਆਮ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਗਲਤ ਫਹਿਮੀਆਂ ਅਤੇ ਭੁਲੇਖੇ ਹਨ। ਸਿਨੇਮਾ, ਥੀਏਟਰ, ਨਾਚ ਵੇਖਣਾ, ਤਾਸ਼ ਖੇਡਣਾ, ਰੇਡੀਓ ਸੁਣਨਾ, ਪਿਕਨਿਕ ਪਾਰਟੀਆਂ 'ਤੇ ਜਾਣਾ, ਇਹ ਸਭ ਚੀਜ਼ਾਂ ਸਰੀਰ ਨੂੰ ਨਿਸਲ ਨਹੀਂ ਕਰਦੀਆਂ। ਇਹ ਤਾਂ ਕੇਵਲ ਮਨੁੱਖ ਦੇ ਜੀ ਪਰਚਾਵੇ ਰੀਕ੍ਰੀਏਸ਼ਨ ਦੀਆਂ ਚੀਜ਼ਾਂ ਹਨ। ਇਹਨਾਂ ਦਾ ਨਿਸਲਤਾ ਦੇ ਨਾਲ ਉੱਕਾ ਹੀ ਕੋਈ ਸੰਬੰਧ ਨਹੀਂ। ਸਾਡੀ ਇਸ ਗੱਲ ਵੱਲ ਖਿਚਾਓ ਦੇ ਮਰੀਜ਼ਾਂ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ। ਇਹਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ। ਇਹ ਗੱਲ ਇੰਨੀ ਜ਼ਰੂਰੀ ਹੈ ਕਿ ਅਸੀਂ ਇਹਨੂੰ ਫਿਰ ਦੁਹਰਾਉਂਦੇ ਹਾਂ। ਰੇਡੀਓ ਸੁਣਨਾ, ਤਾਸ਼ ਖੇਡਣਾ, ਪਿਕਚਰਾਂ ਵੇਖਣਾ, ਕਲੱਬ, ਥੀਏਟਰ ਜਾਣਾ, ਸ਼ਿਕਾਰ ਕਰਨਾ, ਤਸਵੀਰਾਂ ਬਣਾਉਣੀਆਂ ਆਦਿ ਰਿਲੈਕਸੇਸ਼ਨ ਨਹੀਂ ਹਨ। ਇਹ ਕੇਵਲ ਮਨੁੱਖ ਦੇ ਜੀ ਪਰਚਾਵੇ ਦੇ ਸਾਧਨ ਹਨ। ਸਰੀਰ ਨੂੰ ਨਿਸਲ ਕਰਨ 'ਚ ਇਹਨਾਂ ਦਾ ਕੋਈ ਹੱਥ ਨਹੀਂ ਹੈ। ਧੰਨਵਾਦ।